ਦੇਖੋ ਬਿਲਕੁਲ ਅੱਜ ਦੜਵਾ ਮੰਡੀ ਸਾਰੇ ਅਫਸਰ ਸਾਹਿਬਾਨ ਖੜੇ ਨੇਗੇ ਮੋਇਸਚਰ ਵੀ ਠੀਕ ਆ ਰਿਹਾ ਔਰ ਲਿਫਟਿੰਗ ਹੋਣ ਲੱਗ ਗਈ ਸੋ ਜਿਹੜੀ ਥੋੜ੍ਹੀ ਬਹੁਤੀ ਸਮੱਸਿਆ ਆਈ ਸੀ ਉਹਦਾ ਹੱਲ ਹੋ ਗਿਆ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਸਾਰੇ ਸਾਡੇ ਕਿਸਾਨ ਭਰਾ ਆੜ੍ਹਤੀ ਸਾਰੇ ਸ਼ੈਲਰ ਮਾਲਕ ਖੜੇ ਨੇਗੇ ਸੋ ਇਹਨਾਂ ਨੂੰ ਮੈਂ ਸਮਝਦਾ ਵੱਡੀ ਰਾਹਤ ਜਿਹੜੀ ਮਿਲੀ ਆ ਔਰ ਕੰਮ ਜਿਹੜਾ ਬੜੇ ਅੱਛੇ ਤਰੀਕੇ ਨਾਲ ਚੱਲ ਪਿਆ ਸਰ ਜਿਸ ਤਰ੍ਹਾਂ ਤਿਉਹਾਰਾਂ ਦੇ ਦਿਨ ਹੈਗੇ ਨੇ ਜੀ ਬਿਲਕੁਲ ਸਰਕਾਰ ਦੀ ਇਹ ਅਪਰੋਚ ਆ ਕਿ ਹਰੇਕ ਦਿਵਾਲੀ ਦੇ ਉੱਤੇ ਜਿਹੜਾ ਵੀ ਕਿਸਾਨ ਆਪਣੀ ਜੀਰੀ ਲੈ ਕੇ ਆਉਂਦਾ ਫਸਲ ਲੈ ਕੇ ਆਉਂਦਾ ਉਹ ਤਿਉਹਾਰ ਦੇ ਸਮੇਂ ਆਪਣੇ ਤਿਉਹਾਰ ਜਿਹੜਾ ਉਹ ਘਰ ਬਣਾਵੇ ਸੋ ਇਹਦੇ ਲਈ ਅਸੀਂ ਪੂਰਾ ਸਾਡਾ ਪ੍ਰਸ਼ਾਸਨ ਲੱਗਿਆ ਹੋਇਆ ਔਰ ਲਿਫਟਿੰਗ ਵੀ ਹੋਣੀ ਸ਼ੁਰੂ ਹੋ ਗਈ ਜਦੋਂ ਲਿਫਟਿੰਗ ਪੂਰੀ ਹੋ ਗਈ ਤਾਂ ਮੈਂ ਸਮਝਦਾ ਸਮੱਸਿਆ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸਰ ਬਹੁਤ ਸਾਰੇ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਰੋਡ ਜਾਮ ਕਰਨ ਦੀ ਗੱਲ ਕਹੀ ਜਾ ਰਹੀ ਤਾਂ ਬਿਲਕੁਲ ਅਸੀਂ ਤਾਂ ਲਗਾਤਾਰ ਕਿਸਾਨ ਦੇ ਨਾਲ ਸਰਕਾਰ ਖੜੀ ਹੈ ਜੀ ਕੇਂਦਰ ਸਰਕਾਰ ਕੋਲ ਕੱਲ੍ਹ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਜਾ ਕੇ ਆਏ ਨੇ ਉਸ ਤੋਂ ਪਹਿਲਾਂ ਵੀ ਜਾ ਕੇ ਆਏਗੇ ਸੋ ਬਿਲਕੁਲ ਇਕੱਲਾ ਇਕੱਲਾ ਦਾਣਾ ਜਿਹੜਾ ਕਿਸਾਨ ਦਾ ਉਹ ਚੱਕਿਆ ਜਾਊਗਾ ਔਰ ਜਿਹੜੀ ਰਿਲੀਫ ਅਸੀਂ ਆਲਰੇਡੀ ਚਾਹੇ ਸ਼ੈਲਰ ਮਾਲਕ ਨੇ ਚਾਹੇ ਆੜ੍ਹਤੀ ਉਹਨਾਂ ਨੂੰ ਦੇ ਚੁੱਕੇ ਹਾਂਗੇ ਹੁਣ ਕੇਂਦਰ ਸਰਕਾਰ ਵੱਲ ਕੁਛ ਮੰਗਾਂ ਪੈਂਡਿੰਗ ਪਈਆਂ ਨੇ ਉਹਦੇ ਲਈ ਸਰਕਾਰ ਜਿਹੜੀ ਹੈ ਕਿਸਾਨ ਦੇ ਨਾਲ ਆੜ੍ਹਤੀ ਦੇ ਨਾਲ ਸ਼ੈਲਰ ਮਾਲਕ ਨਾਲ ਡਟ ਕੇ ਖੜੀ ਸਰ ਜਿਸ ਤਰ੍ਹਾਂ ਤਿਉਹਾਰ ਨੇ ਜੀ ਤੁਸੀਂ ਪਹਿਲਾਂ ਵੀ ਬਿਆਨ ਦਿੱਤਾ ਹੈ ਅਧਿਕਾਰੀਆਂ ਨੂੰ ਜੀਐਸਟੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਸਰ ਬਿਲਕੁਲ ਸਾਰੇ ਜੀਐਸਟੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਬਹਿਸ ਜਿਹੜਾ ਹੈਗਾ ਅਨਸੈਸਰਲੀ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਔਰ ਰੇਡ ਜਿਹੜਾ ਉਹ ਤੁਰੰਤ ਬੰਦ ਕੀਤੀ ਜਾਵੇ ਅੱਜ ਬਿਲਕੁਲ ਬੰਦ ਆ ਸਾਰੇ ਵਪਾਰੀ ਆਪਣਾ ਕਾਰੋਬਾਰ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਨੇਗੇ ਸੋ ਮੇਰੀ ਤਾਂ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਵੀ ਕਿਤੇ ਵੀ ਗੈਰ ਕਾਨੂੰਨੀ ਕੋਈ ਵੀ ਕੰਮ ਕਰਦਾ ਫੜਿਆ ਗਿਆ ਤਾਂ ਉਹਨੂੰ ਸਖਤ ਸਜ਼ਾ ਮਿਲੂਗੀ ਸਰ ਜਿਵੇਂ ਸ਼ੈਲਰ ਮਾਲਕਾਂ ਵੱਲੋਂ ਪਿਛਲੇ ਦਿਨੀ ਹੜਤਾਲ ਕੀਤੀ ਗਈ ਸੀ ਸਰ ਸਹਿਮਤ ਨੇ ਹੁਣ ਸਰਕਾਰ ਨਾਲ ਜੀ ਬਿਲਕੁਲ ਲਗਭਗ ਸਾਰੇ ਸ਼ੈਲਰ ਮਾਲਕ ਸਹਿਮਤ ਨੇਗੇ ਲਿਫਟਿੰਗ ਦਾ ਕੰਮ ਸਟਾਰਟ ਹੋ ਚੁੱਕਾ ਦੇਖੋ ਬਿਲਕੁਲ ਅੱਜ ਦੜਵਾ ਮੰਡੀ ਸਾਰੇ ਅਫਸਰ ਸਾਹਿਬਾਨ ਖੜੇ ਨੇਗੇ ਮੋਇਸਚਰ ਵੀ ਠੀਕ ਆ ਰਿਹਾ ਔਰ ਲਿਫਟਿੰਗ ਹੋਣ ਲੱਗ ਗਈ ਸੋ ਜਿਹੜੀ ਥੋੜ੍ਹੀ ਬਹੁਤੀ ਸਮੱਸਿਆ ਆਈ ਸੀ ਉਹਦਾ ਹੱਲ ਹੋ ਗਿਆ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਸਾਰੇ ਸਾਡੇ ਕਿਸਾਨ ਭਰਾ ਆੜ੍ਹਤੀ ਸਾਰੇ ਸ਼ੈਲਰ ਮਾਲਕ ਖੜੇ ਨੇਗੇ ਸੋ ਇਹਨਾਂ ਨੂੰ ਮੈਂ ਸਮਝਦਾ ਇੱਕ ਵੱਡੀ ਰਾਹਤ ਜਿਹੜੀ ਮਿਲੀ ਆ ਔਰ ਕੰਮ ਜਿਹੜਾ ਬੜੇ ਅੱਛੇ ਤਰੀਕੇ ਨਾਲ ਚੱਲ ਪਿਆ ਸਰ ਜਿਸ ਤਰ੍ਹਾਂ ਤਿਉਹਾਰਾਂ ਦੇ ਦਿਨ ਹੈਗੇ ਨੇ ਜੀ ਬਿਲਕੁਲ ਸਰਕਾਰ ਦੀ ਇਹ ਅਪਰੋਚ ਆ ਕਿ ਹਰੇਕ ਦਿਵਾਲੀ ਦੇ ਉੱਤੇ ਜਿਹੜਾ ਵੀ ਕਿਸਾਨ ਆਪਣੀ ਜੀਰੀ ਲੈ ਕੇ ਆਉਂਦਾ ਫਸਲ ਲੈ ਕੇ ਆਉਂਦਾ ਉਹ ਤਿਉਹਾਰ ਦੇ ਸਮੇਂ ਆਪਣੇ ਤਿਉਹਾਰ ਜਿਹੜਾ ਉਹ ਘਰ ਬਣਾਵੇ ਸੋ ਇਹਦੇ ਲਈ ਅਸੀਂ ਪੂਰਾ ਸਾਡਾ ਪ੍ਰਸ਼ਾਸਨ ਲੱਗਿਆ ਹੋਇਆ ਔਰ ਲਿਫਟਿੰਗ ਵੀ ਹੋਣੀ ਸ਼ੁਰੂ ਹੋ ਗਈ ਜਦੋਂ ਲਿਫਟਿੰਗ ਪੂਰੀ ਹੋ ਗਈ ਤਾਂ ਮੈਂ ਸਮਝਦਾ ਸਮੱਸਿਆ ਜਿਹੜੀ ਸੀ ਉਹ ਖਤਮ ਹੋ ਚੁੱਕੀ ਹੈ ਸਰ ਬਹੁਤ ਸਾਰੇ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਰੋਡ ਜਾਮ ਕਰਨ ਦੀ ਗੱਲ ਕਹੀ ਜਾ ਰਹੀ ਤਾਂ ਬਿਲਕੁਲ ਅਸੀਂ ਤਾਂ ਲਗਾਤਾਰ ਕਿਸਾਨ ਦੇ ਨਾਲ ਸਰਕਾਰ ਖੜੀ ਹੈ ਜੀ ਕੇਂਦਰ ਸਰਕਾਰ ਕੋਲ ਕੱਲ੍ਹ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਜਾ ਕੇ ਆਏ ਇਸ ਤੋਂ ਪਹਿਲਾਂ ਵੀ ਜਾ ਕੇ ਆਏਗੇ ਸੋ ਬਿਲਕੁਲ ਇਕੱਲਾ ਇਕੱਲਾ ਦਾਣਾ ਜਿਹੜਾ ਕਿਸਾਨ ਦਾ ਉਹ ਚੱਕਿਆ ਜਾਊਗਾ ਔਰ ਜਿਹੜੀ ਰਿਲੀਫ ਅਸੀਂ ਆਲਰੇਡੀ ਚਾਹੇ ਸ਼ੈਲਰ ਮਾਲਕ ਨੇ ਚਾਹੇ ਆੜ੍ਹਤੀ ਉਹਨਾਂ ਨੂੰ ਦੇ ਚੁੱਕੇ ਹਾਂਗੇ ਹੁਣ ਕੇਂਦਰ ਸਰਕਾਰ ਵੱਲ ਕੁਛ ਮੰਗਾਂ ਪੈਂਡਿੰਗ ਪਈਆਂ ਨੇ ਉਹਦੇ ਲਈ ਸਰਕਾਰ ਜਿਹੜੀ ਹੈ ਕਿਸਾਨ ਦੇ ਨਾਲ ਆੜ੍ਹਤੀ ਦੇ ਨਾਲ ਸ਼ੈਲਰ ਮਾਲਕ ਨਾਲ ਡਟ ਕੇ ਖੜੀ ਹੈ ਸਰ ਜਿਸ ਤਰ੍ਹਾਂ ਤਿਉਹਾਰ ਨੇ ਜੀ ਤੁਸੀਂ ਪਹਿਲਾਂ ਵੀ ਬਿਆਨ ਦਿੱਤਾ ਹੈ ਅਧਿਕਾਰੀਆਂ ਨੂੰ ਜੀਐਸਟੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਸਰ ਬਿਲਕੁਲ ਸਾਰੇ ਜੀਐਸਟੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਬਹਿਸ ਜਿਹੜਾ ਹੈਗਾ ਅਨਸੈਸਰਲੀ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਔਰ ਰੇਡ ਜਿਹੜਾ ਉਹ ਤੁਰੰਤ ਬੰਦ ਕੀਤੀ ਜਾਵੇ ਅੱਜ ਬਿਲਕੁਲ ਬੰਦ ਆ ਸਾਰੇ ਵਪਾਰੀ ਆਪਣਾ ਕਾਰੋਬਾਰ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਨੇਗੇ ਸੋ ਮੇਰੀ ਤਾਂ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਵੀ ਕਿਤੇ ਵੀ ਗੈਰ ਕਾਨੂੰਨੀ ਕੋਈ ਵੀ ਕੰਮ ਕਰਦਾ ਫੜਿਆ ਗਿਆ ਤਾਂ ਉਹਨੂੰ ਸਖਤ ਸਜ਼ਾ ਮਿਲੂਗੀ ਸਰ ਜਿਵੇਂ ਸ਼ੈਲਰ ਮਾਲਕਾਂ ਵੱਲੋਂ ਪਿਛਲੇ ਦਿਨੀ ਹੜਤਾਲ ਕੀਤੀ ਗਈ ਸੀ ਸਰ ਸਹਿਮਤ ਨੇ ਹੁਣ ਸਰਕਾਰ ਨਾਲ ਬਿਲਕੁਲ ਲਗਭਗ ਸਾਰੇ ਸ਼ੈਲਰ ਮਾਲਕ ਸਹਿਮਤ ਨੇਗੇ ਲਿਫਟਿੰਗ ਦਾ ਕੰਮ ਸਟਾਰਟ ਹੋ ਚੁੱਕਾ